ਮਾਮਲਾ ਦਿਨ ਦਿਹਾੜੇ ਇੱਕ ਨੌਜਵਾਨ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲੇ ਵਿੱਚ ਪੁਲਸ ਨੇ ਸ਼ਿਵ ਸੇਨਾ ਪੰਜਾਬ ਰਾਸ਼ਟਰੀ ਪ੍ਰਚਾਰਕ ਨੂੰ ਕੀਤਾ ਗ੍ਰਿਫਤਾਰ ਖੰਨਾ ਵਿਖੇ ਸਥਾਨਕ ਗੁਰੂ ਅਮਰਦਾਸ ਮਾਰਕੀਟ ਵਿੱਚ ਦਿਨ ਦਿਹਾੜੇ ਇੱਕ ਨੌਜਵਾਨ ਤੇ ਤਲਵਾਰਾਂ ਅਤੇ ਗੰਡਾਸੀਆਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਰਾਸ਼ਟਰੀ ਪ੍ਰਚਾਰਕ ਸ਼ਿਵ ਸੈਨਾ ਪੰਜਾਬ ਬਾਬਾ ਕਸ਼ਮੀਰ ਗਿਰੀ ਨੂੰ 120 ਬੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜੀ ਹਾਂ ਕਸ਼ਮੀਰ ਗਿਰੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਸ਼ਮੀਰ ਗਿਰੀ ਦੇ ਦੋ ਬੇਟਿਆ ਰਾਜਨ 바ਵਾ ਅਤੇ ਮੋਨੂ ਸਮੇਤ ਹੋਰ ਵਿਅਕਤੀਆਂ ਖਿਲਾਫ ਧਾਰਾ 307 323 324 148 149 ਦੀਨ ਪਰਚਾ ਦਰਜ ਕੀਤਾ ਗਿਆ ਸੀ ਤੇ ਹੁਣ ਪੁਲਿਸ ਵੱਲੋਂ ਧਾਰਾ ਵਿੱਚ ਵਾਧਾ ਕਰਦੇ ਹੋਏ 120 बी ਵਿੱਚ ਕਸ਼ਮੀਰ ਗਿਰੀ ਨੂੰ ਸ਼ਾਮਿਲ ਕਰ ਦਿੱਤਾ ਹੈ ਦੱਸਣ ਯੋਗ ਹੈ ਕਿ ਗੁਰੂ ਅਮਰਦਾਸ ਮਾਰਕੀਟ ਵਿੱਚ 28 ਮਾਰਚ ਨੂੰ ਵੱਡੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਨikhil Sharma ਵਾਸੀ ਜਗਤ ਕਲੋਨੀ ਖੰਨਾ ਤੇ ਜਾਨ ਲੈਵਾ ਹਮਲਾ ਕੀਤਾ ਗਿਆ ਸੀ ਇਹ ਹਮਲਾ ਕਸ਼ਮੀਰ ਗਿਰੀ ਦੇ ਦੋਵੇਂ ਬੇਟਿਆਂ ਰਾਜਨ 바ਵਾ ਅਤੇ ਮੋਨੂ ਸਮੇਤ ਹੋਰ ਕਈ ਅਣਪਛਾਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਇਸ ਹਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਹਿਲਾਂ ਤਾਂ ਬਾਬਾ ਕਸ਼ਮੀਰ ਗਿਰੀ ਦੇ ਬੇਟਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਰਾਸ਼ਟਰੀ ਪ੍ਰਚਾਰਕਸ਼ਿਪ ਸੈਨਾ ਪੰਜਾਬ ਬਾਬਾ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹੋਰ ਅਪਡੇਟਸ ਲਈ ਜੁੜੇ ਰਹੋ ਚਰਤੀ ਕਲਾ ਟੀਵੀ ਦੇ ਨਾਲ